ਦੇ ਚੈਨਲ ਦੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਤੁਹਾਡਾ ਆਪਣਾ ਰਿਪੋਰਟਰ ਰਿੰਕੂ ਗਰਚਾ। ਅਸੀਂ ਅੱਜ ਸਾਹਨੇਵਾਲ ਦੇ ਵਿੱਚ ਚੌਂਕ ਦੇ ਵਿੱਚ ਖੜ੍ਹੇ ਹਾਂ, ਜਿੱਥੇ ਜੋ ਜਿਹੜੀ ਅਥਰਸ ਦੀ ਘਟਨਾ, ਇੱਕ ਜਿਹੜੀ ਕਿ ਬਲਾਤਕਾਰ ਇੱਕ ਬੱਚੀ ਦੇ ਨਾਲ ਜਿਹੜਾ ਹੋਇਆ ਸੀ ਅਥਰਸ ਦੇ ਵਿੱਚ, ਉਸੇ ਦੇ ਘਟਨਾ ਦੇ ਆਧਾਰ 'ਤੇ ਜਿਹੜੇ ਅੱਜ ਸਾਹਨੇਵਾਲ ਦੇ ਜਿਹੜੇ ਨੌਜਵਾਨਾਂ ਨੇ ਕੁਛ ਅੱਜ ਜੋ ਇਹ ਰੋਸ ਮਾਰਚ ਕੈਂਡਲ ਮਾਰਚ ਜਿਹੜਾ ਕੱਢਿਆ ਵਾ, ਸੋ ਇਹ ਜਿਹੜਾ ਉਸਨੂੰ ਬਲਾਤਕਾਰੀਆਂ ਨੂੰ ਜਿਹੜੀ ਹੈ ਕਿ ਉਹ ਸਜ਼ਾ ਦਿਵਾਉਣ ਦੇ ਹੱਕ ਵਿੱਚ ਰੋਸ ਮਾਰਚ ਜਿਹੜਾ ਇਹਨਾਂ ਨੇ ਕੱਢਿਆ। ਅੱਜ ਅਸੀਂ ਭੈਣ ਮਨੀਸ਼ਾ ਦੇ ਜੋ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਰੇ ਇਕੱਠੇ ਹੋਏ ਹਾਂ। ਅੱਜ ਸਾਡੀ ਨੌਜਵਾਨ ਪੀੜ੍ਹੀ ਵੱਲੋਂ ਜੋ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ, ਇਹ ਸਿਰਫ ਇਸ ਕਰਕੇ ਹੈ ਕਿ ਜੋ ਮਨੀਸ਼ਾ ਨੂੰ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ, ਤਾਂ ਜੋ ਇਹ ਜੋ ਕਾਰਨਾਮੇ ਨੇ ਅੱਗੇ ਤੋਂ ਇਹਨਾਂ 'ਤੇ ਠੱਲ ਪਾਈ ਜਾ ਸਕੇ। ਅਸੀਂ ਜੋ ਯੋਗੀ ਸਰਕਾਰ, ਮੋਦੀ ਸਰਕਾਰ, ਇਹਨੂੰ ਮੁਰਦਾਬਾਦ ਦੇ ਨਾਅਰੇ ਇਸ ਕਰਕੇ ਲਗਾ ਰਹੇ ਹਾਂ ਕਿਉਂਕਿ ਇਹਨਾਂ ਨੇ ਉਸ ਦੇ ਦਲਿਤ ਹੋਣ 'ਤੇ ਉਸਨੂੰ ਅੱਜ ਤੱਕ ਕੋਈ ਜੋ ਦੋਸ਼ੀ ਸੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਉਸ ਭੈਣ ਦਾ ਬਲਾਤਕਾਰ ਕੀਤਾ ਗਿਆ, ਬਲਾਤਕਾਰ ਤੋਂ ਬਾਅਦ ਵਿੱਚ ਵੀ ਉਹਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੱਤਾ ਗਿਆ। ਉਸਨੂੰ ਪਹਿਲਾਂ ਈ ਰਿਕਸ਼ੇ ਦੇ ਨਾਲ ਹੀ ਇੱਕ ਸਿਵਲ ਹੋਸਪਿਟਲ ਪਹੁੰਚਾਇਆ ਗਿਆ, ਉਸ ਤੋਂ ਬਾਅਦ ਉੱਥੇ ਵੀ ਕੋਈ ਜਦੋਂ ਪ੍ਰੋਗਰਾਮ ਸਹੀ ਤਰ੍ਹਾਂ ਟ੍ਰੀਟਮੈਂਟ ਨਹੀਂ ਹੋਇਆ, ਤਾਂ ਉਸ ਤੋਂ ਬਾਅਦ ਉਸ ਭੈਣ ਨੂੰ ਇੱਕ ਨਰਸਿੰਗ ਹੋਮ ਵਿੱਚ ਲੈ ਕੇ ਗਏ, ਜਿੱਥੇ ਉਹਨਾਂ ਨੂੰ ਵੈਂਟੀਲੇਟਰ 'ਤੇ ਕਰੀਬ 15 ਦਿਨ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨੀ ਪਈ। ਅੱਜ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਉਹ ਆਪਣੇ ਸੰਸਾਰ ਨੂੰ ਅਲਵਿਦਾ ਕਹਿ ਗਏ। ਅਸੀਂ ਕੀ ਇਸ ਤੋਂ ਕੀ ਸਿੱਖਿਆ, ਅਸੀਂ ਕੀ ਉਹ ਕੀ ਕੀਤਾ, ਅਸੀਂ ਅੱਜ ਇਕੱਠੇ ਹੋਏ ਹਾਂ ਕਿ ਅੱਗੇ ਤੋਂ ਸਾਡੇ ਆਪਣੀਆਂ ਜੋ ਭੈਣਾਂ ਨੇ ਉਹਨਾਂ ਦੇ ਲਈ, ਜੋ ਹੋਰ ਵੀ ਸਾਰੇ ਸੰਸਾਰ ਦੇ ਵਿੱਚ ਧੀਆਂ ਭੈਣਾਂ ਨੇ ਉਹਨਾਂ ਲਈ ਜੋ ਇਹ ਰੇਪ ਹੋ ਰਹੇ ਨੇ, ਉਹਨਾਂ 'ਤੇ ਠੱਲ ਪਾਉਣ ਲਈ ਕੋਈ ਸਖ਼ਤ ਤੋਂ ਸਖ਼ਤ ਕਾਨੂੰਨ ਬਣਾਇਆ ਜਾਵੇ। ਸਾਡੇ ਕੈਂਡਲ ਮਾਰਚ ਕੱਢਣ ਦਾ ਮਕਸਦ ਉਸ ਭੈਣ ਨੂੰ ਸ਼ਰਧਾਂਜਲੀ ਦੇਣਾ ਹੈ, ਸ਼ਰਧਾ ਦੇ ਫੁੱਲ ਭੇਟ ਕਰਨਾ ਹੈ। ਅਸੀਂ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦਾ ਤੁਰ ਵਿਰੋਧ ਕਰਦੇ ਹਾਂ, ਤੁਹਾਡੇ ਸਦਨਾਂ ਵਿੱਚ ਵਿਰੋਧ ਕਰਦੇ ਹਾਂ ਜੋ ਉਹਨਾਂ ਨੇ ਕੀਤਾ ਹੈ। ਉਹਨਾਂ ਨੂੰ ਇਸ ਕੇਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੇ ਕੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਸਜ਼ਾ ਦਿਓ, ਬਲਾਤਕਾਰੀਆਂ ਨੂੰ ਸਜ਼ਾ ਦਿਓ, ਨਿਸ਼ਾ ਨੂੰ ਇਨਸਾਫ
ਇਹ ਜਿਹੜਾ ਅੱਜ ਦਾ ਰੋਸ ਮੁਜ਼ਾਹਰਾ ਹੈ, ਇਹ ਜਿਹੜਾ ਕੈਂਡਲ ਮਾਰਚ ਆ, ਇਹ ਸਾਡੀ ਛੋਟੀ ਭੈਣ ਸਾਡੀ ਬੱਚੀ ਮਨੀਸ਼ਾ ਦੇ ਹੱਕ ਦੇ ਵਿੱਚ, ਜੋ ਇੱਕ ਬਹੁਤ ਹੀ ਹੋਣਹਾਰ ਬੱਚਾ ਸੀ, ਬਹੁਤ ਇੰਟੈਲੀਜੈਂਟ ਸਟੂਡੈਂਟ ਸੀ, ਉਸ ਦੀ ਇੰਟੈਲੀਜੈਂਸੀ ਜਾਂ ਉਸ ਦੀ ਜਿਹੜੀ ਪੜ੍ਹਾਈ ਹੈ ਸਾਡੇ ਸਮਾਜ ਨੂੰ, ਜਿਹੜਾ ਬਹੁਤ ਆਪਣੇ ਆਪ ਨੂੰ ਸੱਚਾ ਸੁੱਚਾ ਸਮਾਜ ਕਹਿੰਦਾ, ਬੀਜੇਪੀ ਸਰਕਾਰ, ਮੋਦੀ ਜੋਗੀ ਜੋ ਸਰਕਾਰ ਹੈ, ਦੇਸ਼ ਵਿਰੋਧੀ ਸਰਕਾਰ ਜਿੱਥੇ ਹੈਗੀ ਆ ਉੱਥੇ ਦਲਿਤ ਵਿਰੋਧੀ, ਔਰ ਮਤਲਬ ਜਿੱਥੇ ਇਹਨਾਂ ਨੇ ਇੱਕ ਨਾਰਾ ਦਿੱਤਾ ਸੀ ਬੇਟੀ ਪੜ੍ਹਾਓ ਬੇਟੀ ਬਚਾਓ, ਉਹ ਇੱਕ ਨਾਰਾ ਨਹੀਂ, ਇੱਕ ਸਾਨੂੰ ਜਿਵੇਂ ਆਪਾਂ ਕਹਿੰਦੇ ਹਾਂ ਇੰਡੀਕੇਸ਼ਨ ਦਿੱਤੀ ਸੀ ਕਿ ਆਪਣੀਆਂ ਬੇਟੀਆਂ ਨੂੰ ਬਚਾਓ, ਕਿਸਦੇ? ਜੋਗੀ ਦੇ ਰਾਜ ਦੇ ਵਿੱਚ, ਮੋਦੀ ਦੇ ਰਾਜ ਵਿੱਚ। ਇੱਕ ਦੇਸ਼ ਦਾ ਮੁੱਖ ਮੰਤਰੀ ਹੈ ਸਟੇਟ ਦਾ, ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਉਹਨਾਂ ਨੇ ਜਿਹੜਾ ਨਾਰਾ ਦਿੱਤਾ ਸੀ, ਵੱਡੀ ਸ਼ੇਮਫੁੱਲ ਗੱਲ ਇਹ ਹੈ ਕਿ ਸਾਡੀ ਮਹਾਂਪੰਚਾਇਤ ਜਿਹੜੀ ਲੋਕ ਸਭਾ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਦੇ ਵਿੱਚ 78 ਲੇਡੀਜ਼ ਜਿਹੜੀਆਂ ਬਣੀਆਂ ਹੋਈਆਂ ਨੇ ਮੈਂਬਰ ਪਾਰਲੀਮੈਂਟ, ਉਹ ਮੈਂਬਰ ਪਾਰਲੀਮੈਂਟ ਲੇਡੀਜ਼ ਨੂੰ ਚੁਣ ਕੇ ਉੱਥੇ ਭੇਜਣ ਦਾ ਫਾਇਦਾ ਕੀ? ਅਸੀਂ ਆਪਣੇ ਵੱਲੋਂ ਅੱਜ ਜਿੱਥੇ ਉਸ ਵਿਛੜੀ ਰੂਹ ਨੂੰ, ਜਿਹੜੀ ਦਰਿੰਦਗੀ ਦੇ ਨਾਲ ਉਸਦਾ ਬਹਿਸ਼ਕਾਰ ਨੋਚਿਆ ਗਿਆ, ਉਹਦੀ ਰੀੜ੍ਹ ਦੀ ਹੱਡੀ ਤੋੜੀ ਗਈ, ਉਸ ਦੀ ਜਵਾਨ ਕੱਟੀ ਗਈ, ਔਰ ਅੱਧੀ ਰਾਤ ਨੂੰ 2:30 ਵਜੇ ਸ਼ਹੀਦ ਭਗਤ ਸਿੰਘ ਦਾ ਸੰਸਕਾਰ ਕੀਤਾ ਗਿਆ ਸੀ ਅੰਗਰੇਜ਼ਾਂ ਵੇਲੇ। ਅੱਜ ਉਦੋਂ ਅੰਗਰੇਜ਼ ਰਾਜ ਸੀ, ਅੱਜ ਆਪਾਂ ਕਹਿ ਦਈਏ RSS ਦਾ ਰਾਜ ਆ। ਜਦੋਂ ਇੱਕ ਬੱਚੀ ਨੂੰ, ਜੋ ਪਰੰਪਰਾ ਹੁੰਦੀ ਆ ਬੱਚਿਆਂ ਨੂੰ, ਮਤਲਬ ਪੇਰੈਂਟਸ ਤੋਂ ਦੂਰ ਰੱਖਿਆ ਗਿਆ, ਬੈਗ ਦੇ ਵਿੱਚ ਕੀ ਲੈ ਕੇ ਆਏ ਨੇ, ਮੀਡੀਆ ਤੱਕ ਨੂੰ, ਪੰਚਾਇਤ ਨੂੰ ਕਿਸੇ ਨੂੰ ਉੱਥੇ ਐਂਟਰ ਨਹੀਂ ਕਰਨ ਦਿੱਤਾ, ਜੋ ਦਰਿੰਦਗੀ ਦਾ ਘਾਣ, ਜੋ ਇਨਸਾਨੀਅਤ ਦਾ ਘਾਣ ਕੀਤਾ ਗਿਆ, ਜੋ ਮਤਲਬ ਆਪਾਂ ਜਿੰਨੇ ਇਹਨੂੰ ਕਰੜੇ ਸ਼ਬਦਾਂ ਵਿੱਚ ਜਿੰਨੀ ਇਹਦੀ ਨਿੰਦਾ ਕਰ ਲਈਏ ਓਨੀ ਥੋੜ੍ਹੀ ਆ। ਸਭ ਤੋਂ ਵੱਡਾ ਦੁੱਖ ਇਹ ਹੋ ਰਿਹਾ ਕਿ ਜਿਹੜੀਆਂ ਮੈਂਬਰ ਪਾਰਲੀਮੈਂਟ ਅਸੀਂ ਚੁਣ ਕੇ ਭੇਜਦੇ ਹਾਂ, 78 ਨੰਬਰ ਆਫ ਮੈਂਬਰੀ ਪਾਰਲੀਮੈਂਟਸ ਆਫ ਲੇਡੀਜ਼ ਨੇ, ਜਿਹੜੀਆਂ ਸਾਡੀਆਂ ਲੋਕ ਸਭਾ ਦੇ ਵਿੱਚ ਸਾਡੇ ਦੇਸ਼ ਦੀ ਨੁਮਾਇੰਦਗੀ ਕਰਦੀਆਂ ਨੇ, ਉਹਨਾਂ ਨੇ ਕਿਸੇ ਨੇ ਵੀ ਇਸ ਬੱਚੇ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਅਸੀਂ ਸਮੁੱਚੀ ਟੀਮ, ਜਿੰਨੇ ਮੇਰੇ ਵੀਰ ਇੱਥੇ ਨੌਜਵਾਨ ਆਏ ਨੇ, ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ, ਉਸ ਵਿੱਚ ਉਸ ਦੀ ਆਤਮਾ ਨੂੰ ਸ਼ਾਂਤੀ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਔਰ ਇਹਨਾਂ ਦਰਿੰਦਿਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਅਸੀਂ ਕਿਸੇ ਇੱਕ ਬੰਦੇ ਵਾਸਤੇ ਉਹਦਾ 1 ਘੰਟੇ ਵਿੱਚ ਇਨਕਾਊਂਟਰ ਕਰ ਦਿੰਦੇ ਹਾਂ। ਅੱਜ ਉਹ ਮੋਦੀ ਜਾਂ ਜੋਗੀ ਸਰਕਾਰ ਕਿੱਥੇ ਆ, ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਚੀਨ ਦੇ ਵਿੱਚ ਜਾ ਕੇ ਘੁਸਪੈਠ ਕਰਕੇ ਫੌਜੀਆਂ ਨੂੰ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀ, ਉਹ ਇੱਕ ਡਰਾਮਾ ਸੀ ਸਿਰਫ ਔਰ ਸਿਰਫ, ਜਿੱਥੇ ਲੋੜ ਆ ਸਮਾਜ ਨੂੰ, ਦੇਸ਼ ਨੂੰ ਉਹਨਾਂ ਦਰਿੰਦਿਆਂ ਤੋਂ ਮਾਰਨ ਦੀ ਇੱਕ ਐਗਜ਼ਾਮਪਲ ਪੇਸ਼ ਕਰਨੀ ਚਾਹੀਦੀ ਸੀ ਜੋਗੀ ਸਰਕਾਰ ਨੂੰ, ਵੀ ਜੇ ਇਹ ਸਾਡੀਆਂ ਫੋਟੋਆਂ ਵਾਇਰਲ ਹੋਈਆਂ ਨੇ, ਉਹ ਫੋਟੋਆਂ ਨੂੰ ਵਾਇਰਲ ਹੋਣ ਦਾ ਸੱਚ ਕੀ ਸੀ? ਇਹ ਲੋਕਾਂ ਦੇ ਨਾਲ ਖੜ੍ਹਦੇ, ਲੋਕ ਆਵਾਜ਼ ਕਰਦੇ, ਜਿਹੜੀ ਦਰਿੰਦਗੀ ਇਹਨਾਂ ਨੇ ਕੀਤੀ ਸੀ, ਉਹਦਾ ਇਨਸਾਫ ਉਸ ਬੱਚੀ ਨੂੰ ਦਿੱਤਾ ਜਾਂਦਾ ਜਿਸ ਨੂੰ ਇਹਨਾਂ ਦਰਿੰਦਿਆਂ ਨੇ ਨੋਚ ਨੋਚ ਕੇ ਖਾਧਾ? ਉਸ ਦੇ ਚਰਨਾਂ ਦੇ ਵਿੱਚ ਆਪਣਾ ਸ਼ੀਸ਼ ਨਮਨ ਕਰਦਾ, ਸਾਰਿਆਂ ਵੱਲੋਂ ਸ਼ਰਧਾ ਦੇ ਫੁੱਲ ਅਰਪਣ ਕਰਦਾ, ਪਰਮਾਤਮਾ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਇੰਨਾ ਕਹਿੰਦਾ ਹੋਇਆ ਖਿਮਾ ਦਾ। ਮੋਦੀ ਸਰਕਾਰ, ਮੋਦੀ ਸਰਕਾਰ, ਮੋਦੀ ਸਰਕਾਰ, ਬਲਾਤਕਾਰੀਆਂ ਨੂੰ ਸਜ਼ਾ ਦਿਓ, ਬਲਾਤਕਾਰੀ ਮੁਰਦਾਬਾਦ, ਦਲਿਤ ਵਿਰੋਧੀ, ਦਲਿਤ ਵਿਰੋਧੀ, ਮੋਦੀ ਜੋਗੀ ਮੁਰਦਾਬਾਦ, ਮੁਰਦਾਬਾਦ, ਦਲਿਤ ਵਿਰੋਧੀ, ਮੋਦੀ।